ग्रामीण इलेक्शनों में हारी हुई पार्टी के द्वारा गरीब परिवार पर जानलेवा हमले का समाचार प्राप्त हुआ है। बस्सी पठाना हलके में पड़ता गांव शहीदगढ़ में 31 दिसंबर की रात हारी हुई पार्टी के द्वारा हथियारों की नोक पर एक व्यक्ति सुरेंद्र सिंह के घर में जबरन घुसकर सुरेंद्र सिंह और उसके पारिवारिक सदस्यों को बेरहमी से मारा गया, जिसके चलते सुरेंद्र सिंह को सिविल अस्पताल में ले जाया गया, जहां हालत ज्यादा गंभीर होने के कारण सुरेंद्र सिंह को चंडीगढ़ के 32 सेक्टर में रेफर किया गया है। वहीं उनकी बेटी का इलाज फतेहगढ़ साहिब के सिविल अस्पताल में चल रहा है। सुरेंद्र सिंह की बेटी ने बताया कि नशे का सेवन किए हुए 10-12 लोग उनके घर में जबरन घुस गए और सभी पर जानलेवा हमला किया गया। वहीं गांव के सभी लोगों ने जमकर नारेबाजी की और पुलिस प्रशासन से इंसाफ की मांग की है। जब इस संबंध में थाना बस्सी पठाना के मुखी से बात की गई तो उन्होंने बताया कि मौके का जायजा ले लिया गया था और जांच चल रही है, जिसके आधार पर वंती कार्रवाई की जाएगी। इन्हां दे रात शराबी आ के पिंड दे मुंडे आ के कंधपुर टप के इन्हां दे कुट के गए हैं जी। कारण की हैगा, केड़े कारण पिछे होया है? वोटां वास्ते होया भी तुसी वोट इधर पाई आ जी। तुसी किन्नियां वोटां तो जीते हो? इंसाफ दिता जाए जिन्हां दी कुड़ी नूं बहुत कुटिया और इन्हां दे बुजुर्ग नूं। ਦੇ ਨਾਲ ਆ ਅਸੀਂ ਜਿੱਤਦੇ ਹਾਰਦੇ ਅਸੀਂ ਹਰ ਵਕਤ ਇਹਨਾਂ ਦੇ ਨਾਲ ਆ। ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਅਸੀਂ ਘਰ ਨਹੀਂ ਬੈਠੋਗੇ, ਸੰਘਰਸ਼ ਕਰਦੇ ਰਹੋਗੇ। ਓਹੀ ਬਾਬੂਤਾਂ ਕਰਕੇ ਵੋਟਾਂ ਕਰਕੇ ਹਾਂਜੀ ਉਹ ਆ ਕੇ ਕੰਧ ਟੱਪ ਗਈ ਜੀ। ਫਿਰ ਹੀ ਕਹਿੰਦੇ ਗੇਟ ਖੋਲੋ, ਅਸੀਂ ਗੇਟ ਖੋਲਿਆ ਨਹੀਂ। ਤੇ ਕਿੰਨੇ ਵਜੇ ਦੀ ਗੱਲ ਆ ਇਹ? 12:30 ਵਜੇ ਦੀ ਗੱਲ ਆ ਜੀ ਇਹ। ਕੱਲ ਰਾਤ ਦੀ? ਹਾਂਜੀ ਤਾਂ 12:30 ਵਜੇ ਜੀ। ਉਹ 12 ਬੰਦੇ ਆਏ ਸੀ। 12 ਬੰਦੇ ਆਏ ਸੀ ਹਾਂਜੀ। ਕਿਹਦੇ ਵਿੱਚ ਆਏ ਸੀ ਕੁਛ ਪਤਾ ਹੈ? ਟਰੈਕਟਰ ਟਾਈ ਕੀ ਜੀ, ਸਪੀਕਰ ਲੱਗਿਆ ਹੋਇਆ ਸੀ, ਇੱਕ ਸਵਿਫਟ ਗੱਡੀ ਸੀ ਜੀ। ਹਾਂਜੀ ਤੇ ਬੰਦਿਆਂ ਨੂੰ ਪਛਾਣਦੇ ਹੋ ਤੁਸੀਂ? ਹਾਂਜੀ। ਤੇ ਕਿਹਦੀ ਕਿਹੜੀ ਪਾਰਟੀ ਚੋਂ ਸੀਗੇ ਉਹ? ਇਹ ਕਾਂਗਰਸ ਪਾਰਟੀ ਜੀ ਦੇ। ਕਿਹਨਾਂ ਦੇ ਵਿੱਚ? ਦਵਿੰਦਰ ਸਿੰਘ ਪੰਗੂਣੀ। ਉਹ ਆਪ ਵੀ ਸੀ ਨਾਲ? ਹਾਂਜੀ। ਜਿਹੜੇ ਹਾਰੇ ਨੇ? ਹਾਂਜੀ ਜੀ। ਤੇ ਹੋਰਾਂ ਦੇ ਨਾਮ ਯਾਦ ਨੇ ਤੁਹਾਨੂੰ? ਹਾਂਜੀ ਸਾਰਿਆਂ ਦੇ ਨਾਮ ਯਾਦ ਆ। ਕੀ ਕੀ ਨਾਮ ਨੇ ਉਹਨਾਂ ਦੇ? ਮਨਦੀਪ ਸਿੰਘ, ਇਹ ਮਨ ਮੋਹੀ, ਤੰਨਾ ਮੰਨਾ, ਅਮਰਜੀਤ ਜੀ, ਤੇ ਗਿੱਪੀ ਜੀ, ਤੇ ਗਿੱਪੀ ਤੇ ਤੰਨਾ ਮੰਨਾ ਹੋ ਗਈ, ਅਮਰਜੀਤ ਹੋਈ, ਮਨਦੀਪ ਸਿੰਘ ਕੰਗ ਜੀ ਹੋਈ, ਹੈਪੀ ਜੀ, ਤੇ ਵਸੀਮੀ ਜੀ, ਸ਼ੈਂਟੀ ਬਸ। ਤੇ ਇਸੀ ਪਿੰਡ ਦੇ ਨੇ ਸ਼ਹੀਦਗੜ੍ਹ ਦੇ ਨੇ? ਹਾਂਜੀ ਸ਼ਹੀਦਗੜ੍ਹ ਦੇ ਹੀ ਹੈ। ਤੇ ਹੋਰ ਕਿਹਦੇ ਨਾਲ ਕੁੱਟਮਾਰ ਹੋਈ ਆ? ਮੇਰੇ ਘਰਦਿਆਂ ਨਾਲ ਹੀ, ਮੇਰੇ ਪਾਪਾ ਨਾਲ, ਭੈਣ ਨਾਲ, ਮੇਰੇ ਭਾਈ ਨਾਲ, ਮੇਰੇ ਨਾਲ ਜੀ। ਫਾਦਰ ਸਾਹਿਬ ਕਿੱਥੇ ਨੇ ਤੁਹਾਡੇ? 32 ਜੀ, 32 ਦਾ ਕੰਮ। ਤੇ ਸਿਸਟਰ ਤੁਹਾਡੀ? ਉਹ ਜੀ ਫਤਿਹਗੜ੍ਹ ਸਾਹਿਬ ਜੀ। ਕੀ ਨਾਮ ਹੈ ਜੀ ਤੁਹਾਡਾ? ਮਮਤਾ ਰਾਣੀ। ਮਮਤਾ ਰਾਣੀ, ਕੀ ਗੱਲ ਹੋਈ ਸੀ ਜੀ? ਵੋਟਾਂ ਕਰਕੇ ਜੀ ਸਾਨੂੰ ਕੁੱਟਣ ਆ ਗਏ ਹੋਏ। ਕੌਣ ਆਏ ਸੀ? ਅਮਰਜੀਤ ਜੀ, ਕਹਿੰਦਾ ਜੀ ਸਾਨੂੰ ਵੋਟ ਨਹੀਂ ਪਾਈ ਹੈ ਜੀ, ਤੁਸੀਂ ਕੰਧ ਟੱਪ ਕੇ ਆ ਗਏ ਜੀ, 10-12 ਬੰਦੇ ਸੀ ਜੀ। ਅੱਛਾ ਜੀ। ਮੇਰੇ ਫਾਦਰ ਨੂੰ ਕੁੱਟਿਆ, ਮੈਨੂੰ ਕੁੱਟਿਆ ਜੀ ਜੀ। ਹਾਂਜੀ ਮੇਰੇ ਭਰਾ ਨੂੰ ਕੁੱਟਿਆ ਜੀ ਜੀ। ਦੋ, ਇੱਕ ਗੱਡੀ ਵੀ ਸੀ, ਟਰੈਕਟਰ ਸੀ ਜੀ ਇੱਕ ਜੀ। ਹਾਂਜੀ ਸਾਡਾ ਕੁੰਡਾ ਵੀ ਖੋਲ ਕੇ ਧੱਕਾ ਮਾਰ ਕੇ ਜੀ ਅਸੀਂ ਅੰਦਰ ਸੁੱਤੇ ਪਏ ਸੀ ਜੀ ਜੀ। ਹਾਂਜੀ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਇਹ ਮੰਗ ਕਰਦੇ ਹਾਂ ਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਤੇ ਕਿੰਨੇ ਬੰਦੇ ਸੀ ਟੋਟਲ ਕੁਝ ਪਤਾ? 10-12 ਬੰਦੇ ਸੀਗੇ ਜੀ। 10-12 ਬੰਦੇ ਸੀ? ਹਾਂਜੀ ਜੀ। ਕੀ ਨਾਮ ਹੈ ਜੀ ਤੁਹਾਡਾ? ਮਨਦੀਪ ਕੌਰ ਜੀ। ਕੀ ਲੱਗਦੇ ਨੇ ਤੁਹਾਡੇ ਜੀ? ਮੇਰੇ ਸਹੁਰਾ ਸਾਹਿਬ ਨੇ ਜੀ। ਕਿੰਨੇ ਬੰਦਿਆਂ ਦੇ ਨਾਲ ਕੁੱਟਮਾਰ ਹੋਈ ਹੈ? ਚਾਰ ਘਰ ਦੇ ਵਿੱਚ 4 ਮੈਂਬਰ ਤੇ ਜੀ, ਨਣਦ ਧੀ ਜੀ, 2 ਦੋਰ ਤੇ, 1 ਸਹੁਰਾ ਧੀ ਜੀ। ਉਹਨਾਂ ਨੇ ਇੱਥੇ ਮੇਰੇ ਦਰਵਾਜੇ ਪਹਿਲਾਂ ਇੱਟ ਮਾਰੀ, ਉਹ ਗਾਹਾਂ ਲੰਘ ਗਏ ਜੀ। ਉਸ ਤੋਂ ਬਾਅਦ ਮੈਂ ਆਪਣਾ ਅੰਦਰ ਬੈਠੀ ਰਹੀ ਤੇ ਮੈਂ ਦਰਦੀ ਨੇ ਦਰਵਾਜਾ ਨਹੀਂ ਖੋਲਿਆ, ਮੇਰੇ ਘਰ ਵਾਲਾ ਹੈ ਨਹੀਂ ਸੀ ਘਰ, ਉਹ ਬਾਹਰ ਗਿਆ ਹੋਇਆ ਸੀ ਜੀ। ਤੇ ਉਹਨਾਂ ਨੇ ਗੱਡੀ ਮੇਰੇ ਬਾਹਰ ਮੂਹਰੇ ਖੜਾਈ ਤੇ ਟਰੈਕਟਰ ਇਧਰਲੀ ਸਾਈਡ ਤੇ ਲਾ ਕੇ ਉਹ 10-12 ਬੰਦੇ ਤੇ ਜੀ ਆ ਕੇ ਉਹਨਾਂ ਨੇ ਦਰਵਾਜਾ ਭੰਨਿਆ ਭਾਪੇ ਦਾ ਜੀ। ਦਰਵਾਜਾ ਭੰਨਣ ਤੋਂ ਬਾਅਦ ਉਹ ਕੰਧ ਉੱਪਰ ਉੱਪਰ ਜੀ ਚੜ ਕੇ ਜੀ ਅੰਦਰ ਜਾ ਕੇ ਉਹਨਾਂ ਨੇ ਬੋਲਣਾ ਨੇ, ਉਹ ਕਹਿੰਦੇ ਅਸੀਂ ਵੀ ਇੱਥੋਂ ਆਏ ਆ ਵੀ ਮੰਗਲ
ਧਾਈਆਂ ਦਿੰਦੇ ਮੰਗਲ ਦਰਵਾਜ਼ਾ ਖੋਲ ਪਾਪਾ ਕਹਿੰਦਾ ਵੀ ਅਸੀਂ ਨੇ ਦਰਵਾਜ਼ਾ ਨਹੀਂ ਖੋਲਣਾ ਹੈਗਾ ਵੀ ਖਬਰਾਂ ਕੌਣ ਨੇ ਉਹਨਾਂ ਦੀ ਫਿਰ ਲੱਤਾਂ ਛੋਟੇ ਮਾਰੇ ਜੀ ਡੰਡੇ ਮਾਰ ਮਾਰ ਕੇ ਉਹਨਾਂ ਨੇ ਕੁੰਡੀ ਤੋੜਤੀ ਜੀ ਅੰਦਰ ਪਾਪੇ ਨੂੰ ਮੰਜੇ ਦੇ ਉੱਪਰ ਬਹੁਤ ਕੁੱਟਿਆ ਤੇ ਕੁੜੀ ਨਣਦ ਨੂੰ ਮੇਰੇ ਨਾਲ ਕੁੱਟ ਮਾਰ ਕੀਤੀ ਜੀ ਉਹਨਾਂ ਨੇ ਬਹੁਤ ਦੀ ਗੱਲ ਸੀਗੀ ਇਹ ਜੀ 12 ਸਾਢੇ 12 ਦੇ ਵਿੱਚ ਦੀ ਗੱਲ ਜੀ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਉਹ ਜੀ 10 12 ਬੰਦੇ ਸੀ ਜੀ ਤੇ ਕਿੰਨਾਂ ਦੇ ਬੰਦੇ ਸੀ ਕੁਝ ਇੰਨਾ ਪਤਾ ਸਾਨੂੰ ਉਹ ਜੀ ਦਵਿੰਦਰ ਸਿੰਘ ਦੇ ਬੰਦੇ ਤੇ ਜੀ ਕੱਲ ਕਲਾਉਣ ਨੂੰ ਸਾਨੂੰ ਇਹ ਵੀ ਚਾਹੀਦਾ ਜੀ ਕੱਲ ਨੂੰ ਕਿਸੇ ਦੀ ਹੋਰ ਧੀ ਭੈਣ ਵੀ ਹੋਇਆ ਜੀ ਉਹਨਾਂ ਦੇ ਵੀ ਇਹ ਹੋ ਸਕਦਾ ਘਰ ਦੇ ਵਿੱਚ ਜੀ ਹਰ ਇੱਕ ਤਾਂ ਦੇ ਡੰਡੇ ਛੋਟੇ ਲੈ ਕੇ ਫਿਰਦੇ ਨੇ ਜੀ ਇਹਦਾ ਮਤਲਬ ਇਹ ਥੋੜੀ ਹੈ ਜੀ ਵੋਟਾਂ 'ਚ ਜਿੱਤ ਹਾਰ ਸਭ ਦੀ ਹੁੰਦੀ ਹੈ ਜੀ ਇਹਦਾ ਮਤਲਬ ਇਹ ਥੋੜੀ ਜੀ ਇੱਕ ਪਾਰਟੀ ਹਾਰ ਗਈ ਤਾਂ ਦੂਜੀ ਪਾਰਟੀ ਨੂੰ ਜਾ ਕੇ ਦੂਜੇ ਬੰਦੇ ਨੂੰ ਕੁੱਟਣਾ ਚਾਹੀਦਾ ਜੀ एनस्टार न्यूज़ के लिए फतेहगढ़ साहिब से संदीप अरोड़ा की रिपोर्ट।